ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਘਰ ਘਰ ਨਹੀਂ ਜੰਮਣੇ। ਕੋਈ ਡਰਦਾ ਹੈ ਬੰਦੂਕ ਤੋਂ, ਕਈ ਡਰਦੇ ਆ ਸ਼ਮਸ਼ੀਰ ਤੋਂ, ਕਈ ਡਰਦੇ ਉਹਦੇ ਤੀਰ ਤੋਂ। ਕਿੱਡਾ ਬਲੀ ਹੈ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ, ਲੋਕੀ ਡਰਦੇ ਆ ਉਹਦੀ ਤਸਵੀਰ ਤੋਂ, ਫੋਟੋ ਤੋਂ ਡਰਦੇ ਆ। ਪਰ ਸੱਚੀ ਜਿਨਾ ਸਾਧ ਸੰਗਤ ਜੀ ਭਾਵੁਕ ਹੋ ਗਿਆ ਮੈਂ, ਮਾਫ਼ੀ ਕਈ ਐਸੇ ਸ਼ਬਦ ਵੀ ਮੈਂ ਕਹਿ ਗਿਆ ਹੁਣ, ਮਾਫ਼ੀ ਦੇਣੀ। ਪਰ ਸੱਚ ਆ ਅੱਜ ਆਪਣੇ ਨਾ ਕੁਝ ਚੱਲ ਰਹੀ ਆ ਉੱਥੇ ਆਉਣੀ ਆ, ਮੁੜ ਕੇ ਆਉਂਦੀ ਆ। ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸ਼ਹੀਦ ਸਿੰਘ ਜੀ, ਔਰ ਭਾਈ ਸਾਹਿਬ ਬਾਬਾ ਜੀ ਬਾਬਾ ਠਾਰਾ ਸਿੰਘ ਜੀ, ਉਹ ਜਨਰਲ ਸਵੇਗ ਸਿੰਘ ਜੀ, ਕੀ ਬਾਤ ਹੈ। ਔਰ ਉਹ ਕਈ ਕਹਿੰਦੇ ਜੀ ਜਨਰਲ ਸਾਹਿਬ ਨੂੰ ਪੁੱਛੇਗਾ,
ਕਰਦੇ ਆ ਸ਼ਹੀਦੋ, ਪਤਾ ਹੀ ਮੇਰਾ ਰਹਿਣ ਤੁਹਾਡੀਆਂ ਪੰਥ ਤੇ ਔਰ ਤੁਹਾਡੀਆਂ ਮੁੜ ਕੇ ਲੋੜਾਂ ਫੇਰ ਆ ਸਿੱਖ ਕੌਮ ਦੀਆਂ ਮੁੜ ਕੇ ਲੋੜਾਂ ਤੁਹਾਡੇ ਵਰਗੇ ਲੋਹਿਆਂ ਦੀਆਂ ਕਰਾੜੇ ਬੋਲੇ ਥੋੜੇ ਜਿਹੇ ਕਦੇ ਕਦੇ ਛੱਡਣੇ ਹੀ ਚਾਹੀਦੇ ਆ। ਕਰਦਾ ਸਿੰਘ ਨੇ ਵੀ ਤਾਂ ਕਿਹਾ ਹੀ ਸੀ ਜਾ ਕੇ ਮੇਰਾ ਨਾਂ ਹੈਗਾ ਹੀ ਸਿੰਘ ਬੋਤਾ, ਮੈਂ ਰਾਹ ਦੇ ਵਿੱਚ ਖਲੋਤਾ, ਹੱਥ ਵਿੱਚ ਛੋਟਾ ਮੋਟਾ ਤੂੰ ਨਲੈਕ ਖੋਤਾ, ਤੈਥੋਂ ਰਾਜ ਨੀ ਹੋਤਾ, ਤੂੰ ਡਰ ਕੇ ਜਾਏਗਾ ਰੋਤਾ। ਕਹਿੰਦੀ ਭਾਬੀ ਖਾਨੂੰ ਨੂੰ ਤੇਰਾ ਦੇਵਰਿਆ ਸਿੰਘ ਬੂਟਾ, ਉਹਨੂੰ ਕਿ ਤੇਰਾ ਕਹਿੰਦਾ ਤੇਰੀ ਭੈਣ ਦੇ ਅਸੀਂ ਦੇਰ ਲੱਗਦੇ ਹਾਂ। ਕਹਿੰਦੀ ਆਪਣੀ ਭੈਣ ਨੂੰ ਜੇ ਸਾਡੇ ਨਾਲ ਕਿਤੇ ਆ ਕੇ, ਕਿਉਂਕਿ ਸਿੰਘਾਂ ਤੇ ਜ਼ੁਲਮ ਢਾਉਂਦੀ ਸੀ ਉਹ ਵੀ, ਜਕਰੀਆ ਖਾਨ ਦੀ ਭੈਣ ਸਿੰਘਾਂ ਨੂੰ ਉਖੜੀਆਂ ਚ ਪਾ ਕੇ ਲੱਖਾਂ ਮਾਰ ਮਾਰ ਕੇ ਸਿੰਘਾਂ ਨੂੰ ਸ਼ਹੀਦ ਕਰਾਉਂਦੀ ਵੀ ਖੂਨ ਨੀ ਧਰਤੀ ਤੇ ਡੁੱਲਣ ਦੇਣਾ। ਪਰ ਗੁਰੂ ਕੇ ਖਾਲਸਾ ਜੀ ਮੁੱਕੇ ਨਹੀਂ, ਜਿੰਨਾ ਇਹ ਮੁੱਕਣੇ ਆ ਸਿੰਘਾਂ ਕਦੇ ਮੁੱਕਣਾ ਨਹੀਂ, ਸਿੰਘਾਂ ਕਦੇ ਝੁਕਣਾ ਨਹੀਂ, ਸਿੰਘਾਂ ਨੂੰ ਮਕਾਉਣ ਵਾਲਾ, ਸਿੰਘਾਂ ਨੂੰ ਝੁਕਾਉਣ ਵਾਲਾ ਖਿਆਲ ਖਿਆਲ ਇੱਕ ਜਨੂਨ ਹੈ। ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ ਓਏ, ਸਾਨੂੰ ਮੁਕਾ ਸਕਦਾ ਨਹੀਂ, ਕਿਉਂ? ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ।
ਉਹਨਾਂ ਦੇ ਕੋਲ ਮਿੰਤਾਂ ਕਰ ਕਰਕੇ ਪੰਜਾਬੀ ਉੱਪਰ ਲਿਖਾਉਣੀ ਪਵੇ। ਹੱਕ ਮੰਗਿਆ ਨਹੀਂ ਮਿਲਦੇ ਹੁੰਦੇ, ਲੈਣੇ ਪੈਂਦੇ। ਮਹਾਰਾਜ ਮਿਹਰ ਕਰੇ, ਹੁਣ ਜਿਹੜੇ ਮੋਰਚੇ ਲਾ ਰਹੇ ਹੋ ਤਗੜੇ ਹੋ ਜਾਓ, ਇਕੱਠੇ ਰਹੋ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਰੀ ਦੁਨੀਆ ਚ ਲੱਗੇ ਹੋਏ ਆ ਪੋਸਟਰ ਸੰਸਥਾ ਦੇ, ਔਰ ਇੱਥੇ ਤਾਂ ਇੰਗਲੈਂਡ ਤੱਕ ਸੋਨਾ ਗੋਨਾ। ਧੰਨ ਬਾਬਾ ਜਰਨੈਲ ਸਾਹਿਬ, ਬਾਬਾ ਠਾਰਾ ਸਿੰਘ, ਸਾਰਿਆਂ ਨੇ ਪਿਆਰ ਦਿੱਤਾ ਮੇਰੇ ਕਲੀਆਂ ਵਾਲਿਆ। ਜਿੰਦਾ ਰਹਿ ਮੋਹਨ ਸਿੰਘ ਲੰਮੀਆਂ ਚੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਦਰਸ਼ਨ ਹੋ ਰਹੇ ਖਾਲਸਾ ਜੀ, ਬਹੁਤ ਵੱਡੀ ਮਾਲੇ ਦੀ ਕਿਰਪਾ ਵਰਤ ਰਹੀ ਆ। ਮਹਾਂਪੁਰਖ ਦਰਸ਼ਨ ਦੇ ਰਹੇ ਆ, ਜਦੋਂ ਮੋਟਰ ਵੇਟੇ ਜਾਮ ਲਾਤੇ ਸੀਗਾ ਨੇ, ਕੋਈ ਹੰਕਾਰ ਜਨਰਲ ਸਿੰਘ ਜੀ।
ਬਹੁਤ ਲੱਗੀਆਂ ਆ ਜਾਓ ਫਿਕਰ ਨਾ ਕਰੋ, ਸਾਨੂੰ ਬੈਲਟ ਪਾ ਲਓ, ਤੁਸੀਂ ਵੀ ਸਾਡੇ ਨਾਲ ਆ ਕੇ ਦੇਖੋ ਵੱਲ। ਹਲੇ ਆਪਾਂ ਸਿੰਘੋ ਹਲੇ 2 ਮਿੰਟ ਗੱਡੀ ਚਲਾਈ ਆ, ਤੁਸੀਂ ਹਲੇ ਦੇਖਿਓ ਸਾਡੇ ਨਾਲ ਪੂਰਾ ਬੜਵੀਂ ਕੰਮ ਕਾਬਜੂ ਹੋਇਆ, ਤਸਵੀਰ ਕਾਪੀ ਕੀਤੀ ਆ, ਫੋਟੋਸ਼ਾਪ ਨੀ, ਆ ਕੇ ਦੇਖੋ ਤੁਸੀਂ। ਨਾ 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 ਨਾ, ਇਹ ਨਕਲੀ ਨੀ, ਅਸਲੀ ਲੱਗੀਆਂ ਆ। ਔਰ ਜਿਹੜੇ ਕਹਿੰਦੇ ਨਾ ਸ਼ਾਇਦ ਓਦਾਂ ਹੀ ਬਣਾ ਕੇ, ਫੇਕ ਨਹੀਂ, ਹੁਣ ਤੁਸੀਂ ਦੇਖ ਲਈਆਂ ਅਸਲੀ ਨੇ, ਅਸਲੀਆਂ ਦੀਆਂ ਅਸਲੀ ਹੁੰਦੀਆਂ। ਸੰਗਤ ਜੀ, ਕਿਸੇ ਨੇ ਕਿਹਾ ਸੀ ਵੀ ਸੰਤ ਜੀ ਦੀ ਤਸਵੀਰ ਇੰਨੀ ਜ਼ਿਆਦਾ ਕਿਉਂ ਫੇਮਸ ਆ, ਕਿਉਂ ਵਿਕਦੀ ਆ, ਕਿਉਂ ਏਡਾ ਮਾਣ ਮਿਲਦਾ? ਉਹ ਇਸੇ ਕਰਕੇ ਮਿਲਦਾ, ਉਹ ਵਿਕੇ ਨਹੀਂ, ਭੋਰਾ ਵੀ ਨਾ ਡੋਲਿਆ, ਲਾਲਚਾਂ ਦੇ ਢੇਰ ਲੱਗੇ ਉਹਦੇ ਮੂਹਰੇ। ਸੀਐਮ ਬਣ ਜਾਓ ਜੋ ਮਰਜ਼ੀ, ਸਵਿਸ ਦਾ ਖਾਤਾ, ਇਹਨਾਂ ਦਾ ਕਾਲਾ ਧਨ ਬਥੇਰਾ ਪਿਆ ਇੰਡੀਅਨ ਗਵਰਨਮੈਂਟ ਦਾ, ਵੀ ਤੁਹਾਨੂੰ ਕ੍ਰੈਡਿਟ ਕਾਰਡ ਉਦੋਂ ਜਿੰਨਾ ਮਰਜ਼ੀ ਵਰਤੋ ਤੁਹਾਡਾ, ਪਰ ਬਾਬੇ ਨੇ ਜੁੱਤੀ ਮਾਰੀ ਮੂੰਹ ਤੇ, ਨਾਸਾਂ ਭੰਨ ਕੇ ਰੱਖਤੀਆਂ ਸਰਕਾਰਾਂ ਦੀਆਂ, ਕਿਹੜਾ ਮੈਨੂੰ ਨੀ ਚਾਹੀਦਾ। ਔਰ ਉਹ ਜਿਹੜੇ ਮਰਦੇ ਆ ਖਾਲਸਾ ਜੀ ਕੌਮ ਲਈ, ਉਹ ਤਾਂ ਮਰ ਕੇ ਵੀ ਨੀ ਮਰਦੇ, ਸੰਤ ਭਿੰਡਰਾਂ ਵਾਲਿਆਂ ਨੂੰ ਐਵੇਂ ਯਾਦ ਨੀ ਕਰਦੇ, ਕਿਸੇ ਗੱਲ ਨੂੰ ਯਾਦ ਕਰਦੇ ਆ। ਜੀਂਦੇ ਰਹੋ ਵੀਰੋ, ਤੁਸੀਂ ਜੁੜੇ ਰਹੋ, ਹੁਣ ਆਪਾਂ ਤੁਹਾਨੂੰ ਮੋੜੇ ਹੋਰ ਦਿਖਾਉਂਦੇ ਸਕਰੀਨਾਂ 40-40 50-50 ਫੁੱਟ ਦੀਆਂ, ਤੁਸੀਂ ਬੁਲਾ ਲਓ ਜਿਹਨਾਂ ਨੂੰ ਵੀ ਬੁਲਾਉਣਾ, ਬੁਲਾ ਲਓ ਉਹਨਾਂ ਨੂੰ ਵੀ, ਕਹਿ ਦੋ ਹਾਂਜੀ ਕਿਰਪਾ ਹੁਣ ਲੱਗੀ ਆ, ਜਿੱਥੇ ਤੁਸੀਂ ਮੁਲਕਾਂ 'ਚ ਬੈਠੇ ਆ ਤੁਹਾਨੂੰ ਇੱਥੇ ਦਿਖਾ ਦਿੰਦੇ ਸਕਰੀਨਾਂ ਦੇ ਸਾਈਜ਼, ਉੱਪਰ ਵਾਲੇ ਦੀ ਪੂਰੀ ਕਿਰਪਾ, ਆਹ ਤਾਂ ਖਾਲਸੇ ਦੀ ਪੂਰੀ ਜੀਤ। ਕੌਣ ਕਹਿੰਦਾ ਰਾਜ ਕਰੇਗਾ ਖਾਲਸਾ? ਨਹੀਂ ਹੁਣ ਰਾਜ ਖਾਲਸਾ ਕਰਨਾ ਵੀ ਆ, ਸਿੰਘ ਜੰਮੇ ਹੀ ਰਾਜ ਭਾਗ ਕਰਨ ਵਾਸਤੇ ਆ, ਸਾਨੂੰ ਕਲਗੀਆਂ ਵਾਲਿਆਂ ਨੇ ਪੈਦਾ ਹੀ ਇਸ ਲਈ ਕੀਤਾ। ਸਿੰਘ ਹੋਰ ਦੱਸੋ, ਦੇਖਣੀਆਂ ਹੋਰ ਤੁਹਾਡੀ ਮਰਜ਼ੀ, ਤੁਸੀਂ ਦੱਸ ਦੋ, ਦੱਬੋ ਹਾਟ ਦਾ ਬਟਨ, ਜੇ ਦੇਖਣੀ ਆਪਾਂ ਦਿਖਾਈ ਦਿੰਦੇ ਹੁਣ ਇੱਕ ਵਾਰੀ ਸ਼ੁਰੂ ਕੀਤਾ, ਠੀਕ ਆ, ਕਿਤੇ ਕੰਡੇ ਪਹੁੰਚੀ ਜਾਵੇ ਹੁਣ। ਆ ਜਾਓ ਫਿਰ ਆਪਾਂ ਹੁਣ ਤੁਹਾਨੂੰ ਥੋੜਾ ਸੋਹੋ ਰੋਡ ਵੀ ਦਿਖਾ ਦਿੰਦੇ, ਉੱਥੇ ਵੀ ਤਨ ਤਨ ਹੋਈ ਆ ਸੰਤਾਂ ਦੀ, ਉਹ ਜਿੰਦਾ ਖਾਸ ਬਹੁਤ ਖਾਸ ਰੋਡ ਆ, ਇੱਥੇ ਬੱਲੇ ਬੱਲੇ ਪਤਾ ਨੀ ਕਿੰਨੇ ਸਿੰਘ ਰਹਿੰਦੇ ਇੱਥੇ, ਬਾਰਵੀਂ ਗੱਲ ਬਹੁਤ ਬਹੁਤ ਜ਼ਿਆਦਾ। ਹਾਂ ਦੇਖੋ ਮਾਰਾ ਹਾਟਾਂ ਦੇ ਢੇਰ ਲੱਗ ਗਏ, ਤੁਸੀਂ ਹਾਟ ਲਈ ਗਿਆ, ਦੇਖੋ ਇਹ ਦਿਲ ਆ ਰਹੇ ਸੰਤਾਂ ਲਈ ਆ, ਤੁਹਾਡੇ ਲਈ ਆ ਪਿਆਰ, ਜੀਂਦੇ ਰਹੋ, ਜੋ ਦੇ ਜੀਂਦੇ ਰਹੋ, ਬੱਬਰ ਸਿਰੋ ਜੀਵਦੇ ਰਹੋ ਸਾਰੇ।